ਵਿੱਚ ਤੁਹਾਡਾ ਸਵਾਗਤ ਹੈ। ਸਰਕਾਰੀ ਪ੍ਰਾਇਮਰੀ ਸਕੂਲ ਤਲਣ ਦੇ ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ਼ਿਵ ਸੈਨਾ ਪ੍ਰਧਾਨ ਜਿੱਥੇ ਸ਼੍ਰੀ ਸੁਭਾਸ਼ ਗੋਰੀਆ ਨੇ ਸ਼ਿਰਕਤ ਕੀਤੀ, ਉੱਥੇ ਰਿਪੋਰਟਰ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕਪਿਲ ਭਾਰਦਵਾਜ ਵੀ ਹਾਜ਼ਰ ਸਨ। ਇਸ ਮੌਕੇ ਸੁਭਾਸ਼ ਗੋਰੀਆ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੋਲੀ ਦਾ ਤਿਉਹਾਰ ਜਿੱਥੇ ਸਾਨੂੰ ਪ੍ਰੇਮ ਦਾ ਸੰਦੇਸ਼ ਦਿੰਦਾ ਹੈ, ਉੱਥੇ ਪ੍ਰੇਮ ਭਾਈਚਾਰਾ ਵੀ ਵਾਧਾ ਹੈ। ਇਸ ਸੰਬੰਧੀ ਸਾਡੇ ਪੱਤਰਕਾਰ ਦਵਿੰਦਰ ਕੈਸ਼ਪ ਦੀ ਰਿਪੋਰਟ। ਪਲੱਸ ਵਨ ਅਤੇ ਪਲੱਸ ਟੂ ਤੱਕ ਹੁੰਦੀਆਂ ਨੇ, ਉਹਨਾਂ ਨੂੰ ਆਪ ਨਹੀਂ ਪਤਾ ਹੁੰਦਾ ਵੀ ਕਿਹੜੇ ਊੜੇ ਆਲੇ ਦੇ ਅੱਖਰ 41 ਹਨ ਕਿ 26 ਹਨ ਕਿ 28 ਹਨ। ਉਹਨਾਂ ਨੇ ਸਾਨੂੰ ਕੂੜਾ ਜਿਹੜਾ ਇੰਗਲਿਸ਼ ਸਹਾ ਕਿੱਥੋਂ ਸਿਖਾਉਣਾ, ਏ ਬੀ ਦੇ ਅੱਖਰ ਨਹੀਂ ਪਤਾ ਹੁੰਦਾ। ਮੈਨੂੰ ਬੜਾ ਮਾਣ ਮਹਿਸੂਸ ਹੋਇਆ ਵੀ ਸਕੂਲ ਦਾ ਡਿਸਿਪਲਿਨ ਬਹੁਤ ਅੱਛਾ ਹੈ, ਸਫਾਈ ਬਹੁਤ ਅੱਛੀ ਹੈ, ਬੱਚਿਆਂ ਨੂੰ ਬੜੇ ਅੱਛੇ ਢੰਗ ਦੇ ਨਾਲ ਇਸ ਨੂੰ ਆਪਣਾ ਸਟਾਫ ਹੈ ਪੜ੍ਹਾਉਂਦਾ ਹੈ। ਅਤੇ ਮੈਂ ਤਾਂ ਸਭ ਤੋਂ ਪਹਿਲਾਂ ਆਪਣੀ ਜਿਹੜੀ ਭੈਣ ਜੀ ਸਾਡੀ ਸੋਨੀਆ ਜੀ ਦਾ ਇਹਨਾਂ ਦਾ ਧੰਨਵਾਦ ਕਰਦਾ ਵੀ ਮੈਂ ਅੱਜ ਪਹਿਲੀ ਵਾਰ ਤਲਣ ਆਇਆ। ਅਤੇ ਤਲਣ ਵਿੱਚ ਸਭ ਤੋਂ ਪਹਿਲਾਂ ਮੈਨੂੰ ਇੱਕ ਗੁਰੂ ਘਰ ਮਿਲਿਆ, ਘੱਟ ਹੈ ਬੋਲਣ ਨੂੰ ਬਹੁਤ ਕੁਛ ਹੈ, ਅਸੀਂ ਥੋੜ੍ਹਾ ਜਿਹਾ ਬੱਚਾ ਕਿਤੇ ਜਾਣਾ ਹੈ, ਅਗਲੀ ਵਾਰ ਤੁਸੀਂ ਬੁਲਾਓਗੇ ਅਤੇ ਅਸੀਂ ਕੁਝ ਸ਼ਬਦ ਹੋਰ ਲੈ ਕੇ ਆਵਾਂਗੇ। ਪਰ ਸਭ ਤੋਂ ਪਹਿਲਾਂ ਜਿਹੜੀ ਅੱਜ ਹੋਲੀ ਮਨਾਉਣੀ ਹੈ, ਕਿਸੇ ਦੇ ਉੱਤੇ ਆਂਡੇ ਨਹੀਂ, ਕਿਸੇ ਦੇ ਉੱਤੇ ਚਿੱਕੜ ਨਹੀਂ, ਕਿਸੇ ਦੇ ਨਾਲ ਕੋਈ ਮਜ਼ਾਕ ਨਹੀਂ ਐਸਾ ਕਰਨਾ ਜਿਹਦੇ ਨਾਲ ਉਹਦਾ ਨੁਕਸਾਨ ਕੋਈ ਹੋ ਜਾਵੇ। ਅੱਜ ਜਿਹੜੀ ਹੋਲੀ ਨੂੰ ਬੜੇ ਅੱਛੇ ਢੰਗ ਨਾਲ ਮਨਾਉਣਾ ਹੈ, ਜਿਹਨਾਂ ਨਾਲ ਤੁਹਾਡੇ ਬੱਚਿਆਂ ਦਾ ਆਪਸ ਵਿੱਚ ਜੋ ਬੱਚੇ ਬੋਲਦੇ ਨੇ ਕਲਾਸਾਂ ਵਿੱਚ ਇੱਕ ਦੂਜੇ ਨਾਲ ਲੜਦੇ ਵੀ ਸ਼ੁਰੂ ਹੁੰਦਾ ਹੈ, ਕਿਵੇਂ ਰਾਸ਼ਟਰ ਦੀ ਸੇਵਾ ਕਰਨੀ ਹੈ, ਕਿਵੇਂ ਮਾਤਾ ਪਿਤਾ ਦੀ ਸੇਵਾ ਕਰਨੀ ਹੈ, ਕਿਵੇਂ ਆਪਣੇ ਟੀਚਰ ਜਿਹੜੇ ਨੇ ਪੜ੍ਹਾਉਣ ਵਾਲੇ ਗੁਰੂ ਨੇ ਉਸਤਾਦ ਨੇ ਉਹਨਾਂ ਦੀ ਰਿਸਪੈਕਟ ਕਰਨੀ ਹੈ, ਕਿਵੇਂ ਸਮਾਜ ਦੀ ਸੇਵਾ ਕਰਨੀ ਹੈ। ਜਿੰਨੇ ਵੀ ਦੈਵਿਕ ਗੁਣ ਨੇ, ਇਨਸਾਨੀ ਗੁਣ ਨੇ ਇਨਸਾਨ ਦੇ ਵਿੱਚ ਬੱਚਿਓ, ਉਹ ਤਦ ਹੀ ਪੈਦਾ ਹੁੰਦੇ ਨੇ ਜਦੋਂ ਸਾਡੀ ਜਿਹੜੀ ਮੁੱਢਲੀ ਪੜ੍ਹਾਈ ਹੈ, ਜਿੱਦਾਂ ਪ੍ਰਾਚੀਨ ਸਮੇਂ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਗੁਰੂਕੁਲ ਹੁੰਦੇ ਸੀ, ਮਹਾਰਿਸ਼ੀ ਵਾਲਮੀਕ ਦਾ ਗੁਰੂਕੁਲ ਸੀ, ਮਹਾਰਿਸ਼ੀ ਭਾਰਦਵਾਜ ਦਾ ਗੁਰੂਕੁਲ ਸੀ, ਮਹਾਰਿਸ਼ੀ ਦਰੋਣਾਚਾਰੀਆ ਦਾ ਗੁਰੂਕੁਲ ਸੀ, ਮਹਾਰਿਸ਼ੀ ਵੇਦਾਵਿਆਸ ਦਾ ਗੁਰੂਕੁਲ ਸੀ, ਮਹਾਰਿਸ਼ੀ ਵਸ਼ਿਸ਼ਠ ਦਾ ਗੁਰੂਕੁਲ ਸੀ, ਇੱਦਾਂ ਹੀ ਰਿਸ਼ੀਆਂ ਦੇ ਗੁਰੂਕੁਲ ਹੁੰਦੇ ਸੀ। ਉੱਥੇ ਬੱਚਿਆਂ ਨੂੰ ਪਤਾ ਕਿੰਨੇ ਵਜੇ ਉਠਾਉਂਦੇ ਸੀ? ਸਵੇਰੇ 4 ਵਜੇ। ਕਿੰਨੇ ਵਜੇ? 4 ਵਜੇ ਅਸੀਂ ਉੱਠਦੇ ਨਹੀਂ, 4 ਵਜੇ। 4 ਵਜੇ ਉਠਾ ਕੇ ਬੱਚਿਆਂ ਨੂੰ ਪਹਿਲਾਂ ਇਸ਼ਨਾਨ ਕਰਾਉਂਦੇ ਸੀ, ਇਸ਼ਨਾਨ ਕਰਾਉਣ ਤੋਂ ਬਾਅਦ ਬੱਚਿਆਂ ਨੂੰ ਯੋਗ ਕਰਵਾਇਆ ਜਾਂਦਾ ਸੀ। ਯੋਗਾ ਦੇਖਦੇ ਨਾ ਬਾਬਾ ਰਾਮਦੇਵ ਜੀ ਦਾ, ਯੋਗ ਕਰਵਾਇਆ ਜਾਂਦਾ ਸੀ ਤਾਂ ਕਿ ਆਪਾਂ ਫਿੱਟ ਰਹੀਏ। ਚਾਹ ਨਹੀਂ ਸੀ ਪੀਣ ਨੂੰ ਮਿਲਦੀ, ਆਪਾਂ ਚਾਹ ਮੰਗਦੇ ਨਾ ਉੱਠਦੇ, ਚਾਹ ਦੇ, ਤੇ ਚਾਹ ਨਹੀਂ ਸੀ ਪੀਣ ਨੂੰ ਮਿਲਦੀ ਹੁੰਦੀ। ਨਿੰਮ ਦੀ ਦਾਤਣ ਕਰਦੇ ਸੀ ਆਪਾਂ, ਕੁਮਾਰ ਦਾ ਰਸ ਪੀਂਦੇ ਸੀਗੇ, ਹੁਣ ਤੇ ਉਹ ਚੀਜ਼ਾਂ ਵਿਲੁਪਤ ਹੋ ਗਈਆਂ। ਇਸ ਕਰਕੇ ਬੱਚਿਓ, ਇੱਕ ਪੂਰਨ ਸੰਤ ਸਤਿਗੁਰੂ ਦਾ ਜਿਹੜਾ ਸੰਦੇਸ਼ ਸਾਡੀ ਗੁਰਬਾਣੀ ਦੇ ਰਹੀ ਆ, ਜਿੱਦਾਂ ਤੁਸੀਂ ਇੱਥੇ ਪੜ੍ਹਦੇ ਹੋ, ਅੱਗੇ ਜਾ ਕੇ ਤੁਹਾਨੂੰ ਸਾਇੰਸ ਰੂਮ ਦੇ ਵਿੱਚ ਪ੍ਰੈਕਟੀਕਲ ਕਰਾਇਆ ਜਾਂਦਾ ਵੀ ਆਕਸੀਜਨ ਕਿੱਦਾਂ ਬਣਦੀ ਆ ਜਾਂ ਪਾਣੀ ਕਿੱਦਾਂ ਬਣਦਾ ਆ, ਇਹਦਾ ਪ੍ਰੈਕਟੀਕਲ ਤੁਸੀਂ ਵੱਡੀਆਂ ਜਮਾਤਾਂ ਵਿੱਚ ਜਾ ਕੇ ਦੇਖਣਾ। ਇੱਦਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜਾਂ ਧਾਰਮਿਕ ਗ੍ਰੰਥ ਨੇ, ਉਹਦੇ ਵਿੱਚ ਜਿਹੜਾ ਲਿਖਿਆ ਆ, ਦੇਖੋ ਅੱਜ ਤੁਸੀਂ ਬੱਚੇ ਹੋ, ਕੱਲ੍ਹ ਨੂੰ ਤੁਸੀਂ ਦੇਸ਼ ਦੀ ਕਮਾਂਡ ਸਾਂਭਣੀ ਹੈ ਵੱਡੇ ਹੋਣਾ। ਭਗਤ ਪ੍ਰਹਿਲਾਦ ਦੀਆਂ ਕਹਾਣੀਆਂ ਤੁਹਾਡੀਆਂ ਮੰਮੀਆਂ, ਤੁਹਾਡੇ ਤੁਹਾਡੀਆਂ ਸੋਰੀ ਮਾਤਾਵਾਂ, ਤੁਹਾਡੀਆਂ ਦਾਦੀਆਂ, ਹੁਣ ਤਾਂ ਪਤਾ ਨਹੀਂ ਸੁਣਾਉਂਦੀਆਂ ਕਿ ਨਹੀਂ ਸੁਣਾਉਂਦੀਆਂ, ਪਰ ਵੱਡੇ ਬੈਠੇ ਨੇ, ਇਹਨਾਂ ਸਭ ਨੇ ਸੁਣੀਆਂ ਹੋਈਆਂ। ਭਗਤ ਰੂਪ ਬਸੰਤ ਦੀ ਦਾ ਕਿੱਸਾ, ਪੂਰਨ ਭਗਤ ਦਾ ਕਿੱਸਾ, ਇਹ ਜਿੰਨੇ ਵੀ ਸਾਡੇ ਜਿਹੜੇ ਰੋਲ ਮਾਡਲ ਹੋਏ ਨੇ, ਇਹਨਾਂ ਦੇ ਪਿੱਛੇ ਇਹੀ ਕਹਾਣੀ ਆ ਕਿ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਛੋਟੀਆਂ ਉਮਰਾਂ ਦੇ ਵਿੱਚ ਹੀ ਇਹ ਜਿਹੜੇ ਧਾਰਮਿਕ ਗ੍ਰੰਥਾਂ ਦਾ ਪ੍ਰੈਕਟੀਕਲ ਕੀਤਾ, ਸਾਇੰਸ ਰੂਪ ਦੇ ਵਿੱਚ ਜਾ ਕੇ ਆਪਣੇ ਸਰੀਰ ਦੇ ਵਿੱਚ ਜਾ ਕੇ
एक पूर्ण संत सतगुरु का सानिध्य प्राप्त किया, एक पूर्ण गुरु नु धारण किया और ये अटल सच्चाई है। असीं इत्थे इहनूं मन्नीए जां ना मन्नीए बच्चों, छोटी उम्र के विच ही 4 साल 5 साल की उम्र ही भगत प्रहलाद ने गुरु नु धारण कर लिया और अपने जीवन की अपने शरीर रूपी प्रयोगशाला जाके परमात्मा नु जाणिया। जो तुसीं परमात्मा नु अपने अंदर जान लोगे, पता नहीं मौत जिस वेले आउंदी आ ਉਹ ਬਾਜ ਨਾ ਤਾਂ ਛੋਟੀ ਉਮਰ ਦੇਖਦਾ ਹੈ ਨਾ ਤਾਂ ਵੱਡੀ ਉਮਰ ਦੇਖਦਾ ਆ, ਉਹ ਕਿਹਨੂੰ ਕਦੋਂ ਲਪੇਟ ਵਿੱਚ ਲੈ ਲਵੇ ਕੁਛ ਪਤਾ ਨਹੀਂ। ਇਸ ਕਰਕੇ ਜਿੰਨੀ ਜਲਦੀ ਹੋ ਸਕੇ ਆਪਣੇ ਜੀਵਨ ਦੇ ਵਿੱਚ ਉਹ ਲਾਲ ਰੰਗ ਸੰਤ ਦੀ ਸੇਵਾ ਦੁਆਰਾ ਅਸੀਂ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਈਏ ਤਾਂ ਕਿ ਸਾਡੇ ਵਿੱਚ ਇਹ ਦੈਵਿਕ ਗੁਣ ਅੱਜ ਜਿਹੜਾ ਸਾਡਾ ਦੇਸ਼ ਟੁਕੜਿਆਂ ਵਿੱਚ ਵੰਡਿਆ ਜਾ ਰਿਹਾ ਹੈ, ਸਾਡਾ ਦੇਸ਼ ਅਖੰਡ ਭਾਰਤ ਦੀ ਜਿਹੜੀ ਮਹਾਰਿਸ਼ੀ ਅਰਵਿੰਦ ਨੇ ਸਪਨਾ ਲਿਆ ਸੀ ਵੀ ਭਾਰਤ ਅਖੰਡ ਹੋਗਾ, ਇਸੇ ਕੋਈ ਰੋਕ ਨਹੀਂ ਸਕਦਾ, ਕਿਉਂਕਿ ਇਹ ਈਸ਼ਵਰ ਕੀ ਇੱਛਾ ਹੈ। ਉਹ ਤਾਂ ਹੀ ਸਾਕਾਰ ਹੋਏਗਾ ਜਦੋਂ ਬੱਚਿਓ ਆਪਾਂ ਸਾਰੇ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਤੁਸੀਂ ਉਸ ਪਰਮਾਤਮਾ ਨੂੰ ਉਹ ਲਾਲ ਰੰਗ ਨੂੰ ਆਪਣੇ ਅੰਦਰ ਲਗਾ ਰਹੇ। ਇਹ ਬਾਹਰੀ ਰੰਗ ਸੰਕੇਤ ਨੇ ਹੋਲੀ ਦਾ, ਬਾਹਰੀ ਰੰਗ ਤੇ ਲੈ ਜਾਂਦਾ ਨਾ, ਜੈਸੇ ਰੰਗ ਮਜੀਠ ਕਾ ਤੈਸੋ ਇਹ ਸੰਸਾਰ ਮੇਰੇ ਰਮਈਏ ਰੰਗ, ਜੈਸੋ ਰੰਗ ਕਸੂਬ ਕਾ ਤੈਸੋ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹਿ ਰਵਿਦਾਸ ਜਮਾਰ। ਉਹ ਮਜੀਠੀ ਰੰਗ ਗੁਰੂ ਦੇ ਦੁਆਰਾ ਲੱਗਦਾ ਹੈ, ਇਹ ਗੁਰੂ ਗ੍ਰੰਥ ਸਾਹਿਬ ਜਿੱਥੇ ਤੁਸੀਂ ਜਾ ਕੇ ਮੱਥਾ ਟੇਕਦੇ ਹੋ ਉਹਦੇ ਵਿੱਚ ਲਿਖਿਆ ਹੈ। ਇਸ ਕਰਕੇ ਹੋਲੀ ਜਿਹੜੀ ਆ ਰਹੀ ਆ ਇਹਦੀਆਂ ਬਾਹਰੀ ਤੌਰ ਤੇ ਵੀ ਮੁਬਾਰਕਾਂ, ਨਾਲ ਹੀ ਤੁਹਾਨੂੰ ਤੁਹਾਡੇ ਵਾਸਤੇ ਪ੍ਰਾਰਥਨਾ ਹੈ ਕਿ ਆਪਾਂ ਸਾਰੇ ਆਪਣੇ ਅੰਦਰ ਇਸ ਜਗ੍ਹਾ ਤੇ ਪਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਔਰ ਸੋਨੀਆ ਭੈਣ ਜੀ, ਸੁਭਾਸ਼ ਭਾਜੀ, ਭੈਣ ਜੀ ਪਾਲੋ ਮੈਂਬਰ ਪੰਚਾਇਤ ਨੇ, ਕੁਲਵਿੰਦਰ ਜੀ ਮੈਂਬਰ ਪੰਚਾਇਤ ਨੇ ਇੱਥੋਂ, ਭਾਅ ਜੀ ਅਜੈਬ ਸਿੰਘ ਜੀ ਮੇਰੇ ਵੱਡੇ ਵੀਰ ਨੇ, ਮਦਨ ਮੋਹਨ ਜੀ, ਸਾਰੇ ਆਪਾਂ ਪਰਿਵਾਰ ਮਿਲ ਕੇ ਸਾਰਿਆਂ ਦਾ ਧੰਨਵਾਦ ਵੀ ਆ, ਨਾਲ ਹੀ ਹੋਲੀ ਦੀਆਂ ਮੁਬਾਰਕਾਂ ਵੀ ਆ। ਨਾਲ ਇਹ ਆਸ ਹੈ ਵੀ ਕੱਲ੍ਹ ਤੋਂ ਜਿੱਦਾਂ ਆਪਾਂ ਪ੍ਰੈਕਟੀਕਲ ਸਮਝਦੇ ਹਾਂ ਇੱਦਾਂ ਹੀ ਜਿਹੜੀ ਗੁਰਬਾਣੀ ਹੈ ਇਹਦੇ 'ਤੇ ਵੀ ਆਪਾਂ ਸਰਚ ਸ਼ੁਰੂ ਕਰਨੀ, ਖੋਜ ਕਰਨੀ ਹੈ ਸ਼ੁਰੂ। ਜੇ ਆਪਾਂ ਖੋਜ ਨਹੀਂ ਕਰ ਪਾਏ ਤਾਂ ਹੀ ਸਾਡਾ ਦੇਸ਼ ਇੰਨਾ ਪਿੱਛੇ, ਤੁਸੀਂ ਪੜ੍ਹ ਤਾਂ ਲੈ ਰਹੇ ਹੋ ਭਾਜੀ, ਜਿੱਦਾਂ ਕਹਿੰਦੇ ਵੀ ਟਾਟਾਂ ਦੇ ਉੱਪਰ ਬੈਠੇ ਹਾਂ, ਦੇਸ਼ ਦੀ ਉੱਨਤੀ ਹੋ ਕਿਉਂ ਨਹੀਂ ਰਹੀ? ਕਿਉਂਕਿ ਇੰਨਾ ਮਹਾਨ ਖਜ਼ਾਨਾ ਸਾਡੇ ਕੋਲ, ਸਾਡੇ ਧਾਰਮਿਕ ਗ੍ਰੰਥ ਪਏ ਨੇ, ਵੇਦ ਪਏ ਨੇ, ਲੇਕਿਨ ਸਾਨੂੰ ਸਮਝਾਉਣ ਵਾਲਾ ਕੋਈ ਨਹੀਂ ਲੱਭਾ, ਸਾਡਾ ਪ੍ਰੈਕਟੀਕਲ ਨਹੀਂ ਹੋ ਰਿਹਾ, ਇਹੀ ਇੱਕ ਕਮੀ ਆ। ਇਸ ਕਰਕੇ ਬੱਚਿਓ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਨਾਲ ਹੀ ਇਹ ਅੱਜ ਤੋਂ ਆਪਣੇ ਅੰਦਰ ਸੰਕਲਪ ਲੈਣਾ ਹੋਲੀ ਦੇ ਮੌਕੇ ਤੇ ਕਿ ਅਸੀਂ ਖੋਜ ਸ਼ੁਰੂ ਕਰਾਂਗੇ ਆਪਣੇ ਉਸ ਧਾਰਮਿਕ ਗ੍ਰੰਥਾਂ ਦੇ ਆਧਾਰ ਤੇ ਪਰਮਾਤਮਾ ਦੀ, ਆਪਣੇ ਜੀਵਨ ਦੇ ਲਕਸ਼ ਠੀਕ ਹੈ ਜੀ। ਅਸੀਂ ਛੋਟੇ ਹੁੰਦੇ ਬੋਲਦੇ ਸੀ, ਤੁਸੀਂ ਵੀ ਮੇਰੇ ਨਾਲ ਬੋਲ ਸਾਂਝਾ। ਇੱਕੋ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਆ ਜਿਹਦੇ ਵਿੱਚ ਧਰਮ ਜਾਤ ਦੀ ਕੋਈ ਵੀ ਜਗ੍ਹਾ ਨਹੀਂ ਦਿੱਤੀ ਗਈ। ਸੋ ਮੈਂ ਫਿਰ ਤੋਂ ਕਪਿਲ ਜੀ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਜਿਹਨਾਂ ਨੇ ਦਰਸ਼ਨ ਕਰਾਏ ਤੁਹਾਡੇ, ਅਤੇ ਮੈਂ ਇਸ ਮੌਕੇ 'ਤੇ ਸਾਰਿਆਂ ਨੂੰ ਵਧਾਈ ਦਿੰਦਾ। ਸਤਿ ਸ਼੍ਰੀ ਅਕਾਲ, ਜੈ ਹਿੰਦ। ਖਾਸ ਤੌਰ 'ਤੇ ਇਸ ਸਕੂਲ ਨੂੰ ਚੁਣੇ ਜਾਣ 'ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ। ਔਰ ਬੱਚਿਓ ਜਿਨ੍ਹਾਂ ਨੇ ਵੀ ਆ ਕੇ ਇੱਥੇ ਸਪੀਚ ਦਿੱਤੀ ਉਹਨਾਂ ਬਾਰੇ ਜਿਹੜਾ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਨੇ। ਪਹਿਲਾਂ ਸਭ ਤੋਂ ਪਹਿਲਾਂ ਸਾਡੇ ਵਿੱਚ ਸੁਭਾਸ਼ ਗੋਰੀਆ ਜੀ ਜੋ ਪ੍ਰਵਕਤਾ ਨੇ ਪੰਜਾਬ ਸ਼ਿਵ ਸੈਨਾ ਦੇ, ਉਹਨਾਂ ਨੇ ਤੁਹਾਨੂੰ ਸੰਬੋਧਨ ਕੀਤਾ। ਉਸ ਤੋਂ ਬਾਅਦ ਅਮਰ ਸ਼੍ਰੀਵਾਸਤਵ ਯੁਵਾ ਪ੍ਰਵਾਸ ਸੇਵਾ ਸਮਿਤੀ ਪੰਜਾਬ ਤੋਂ ਜਿਹੜੇ ਸਾਡੇ ਵਿੱਚ ਆਏ ਨੇ ਔਰ ਬੜੀਆਂ ਹੀ ਉਹਨਾਂ ਨੇ ਧਾਰਮਿਕ ਗੱਲਾਂ ਦੱਸੀਆਂ ਔਰ ਬੜੀਆਂ ਦਿਲ ਛੂਹਣ ਵਾਲੀਆਂ ਗੱਲਾਂ ਦੱਸੀਆਂ ਔਰ ਨੈਤਿਕ ਕਦਰਾਂ ਕੀਮਤਾਂ ਬਾਰੇ ਗੱਲਾਂ ਦੱਸੀਆਂ ਜਿਹੜੀਆਂ ਅਸੀਂ ਇੱਥੇ ਸਕੂਲ ਦੇ ਵਿੱਚ ਤੁਹਾਨੂੰ ਸਿੱਖਿਆ ਦਿੰਦੇ ਹਾਂ। ਔਰ ਇਸ ਤੋਂ ਇਲਾਵਾ ਸਕੂਲ ਤੋਂ ਇਲਾਵਾ ਵੀ ਅਸੀਂ ਹੋਰ ਬਹੁਤ ਜਗ੍ਹਾ 'ਤੇ ਅਸੀਂ ਸਿੱਖਿਆ ਪ੍ਰਾਪਤ ਕਰਦੇ ਹਾਂ। ਉਹ ਸਿੱਖਿਆ ਜਿਹੜੀ ਹੈ ਉਹ ਸਾਡੀ ਪੱਕੀ ਹੋ ਜਾਂਦੀ ਹੈ ਔਰ ਜੋ ਬੱਚੇ ਅਸੀਂ ਬਚਪਨ 'ਚ ਸਿੱਖਦੇ ਹਾਂ ਉਹ ਸਾਡਾ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਪੱਕੀ ਚੀਜ਼ ਉਹ ਬਣ ਜਾਂਦੀ ਹੈ। ਔਰ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਗਾਈਡ ਕੀਤਾ ਔਰ ਦੱਸਿਆ। ਸਤਿੰਦਰ ਰਾਜਾ ਜੀ ਮੁੱਖ ਸੰਪਾਦਕ ਟੌਪ ਮੋਡਲ ਚੈਨਲ 'ਤੇ ਉਹ ਵੀ ਸਾਡੇ ਪਹੁੰਚੇ ਨੇ, ਉਹਨਾਂ ਦੇ ਵੀ ਗਿਆਨ ਹੋ ਜੀ। ਕਪਿਲ ਭਾਰਦਵਾਜ ਜੀ ਸਾਡੇ ਵਿੱਚ ਪਹਿਲਾਂ ਸਾਡੇ ਨਾਲ ਮਿਲ ਕੇ ਗਏ ਨੇ ਔਰ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਸਾਡੇ ਨਾਲ ਸਾਂਝਾ ਕਰਕੇ ਗਏ ਨੇ। ਇਹ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਫਰੰਟ ਪੇਜ ਨਿਊਜ਼ ਪੇਪਰ ਦੇ, ਉਹਨਾਂ ਦੇ ਨਾਲ ਆਪਣੇ ਪਰਮਿੰਦਰ ਕੌਰ ਜੀ ਤੋਂ ਸਾਡੇ ਪਿੰਡ ਦੇ ਵਿੱਚ ਹੀ ਨੇ ਔਰ ਸਮਾਜ ਸੇਵਾ ਦੇ ਵਿੱਚ ਹਮੇਸ਼ਾ ਪਹਿਲਕਦਮੀ ਕਰਦੇ ਨੇ ਔਰ ਉਹਨਾਂ ਦੇ ਨਾਲ ਹੀ ਸਾਡੇ ਜਿਹੜੇ ਪਿੰਡ ਦੇ ਬਹੁਤ ਰਿਸਪੈਕਟਡ ਸਰਦਾਰ ਅਜੈਬ ਸਿੰਘ ਜੀ ਜੋ ਮੈਂਬਰ ਪੰਚਾਇਤ ਨੇ, ਨਾਲ ਜਿਹਦੇ ਨੇ ਆਪਣੇ ਕਾਸਦੀਪ ਜੀ ਔਰ ਕੁਲਵਿੰਦਰ ਜੀ ਅਤੇ ਜਸਪਾਲ ਕੌਰ ਜੋ ਮੈਂਬਰ ਪੰਚਾਇਤ ਨੇ, ਉਹ ਵੀ ਸਾਡੇ ਵਿੱਚ ਇੱਥੇ ਅੱਜ ਦੇ ਮੌਕੇ 'ਤੇ ਪਹੁੰਚੇ ਨੇ। ਔਰ ਅਸੀਂ ਸਕੂਲ ਵੱਲੋਂ ਅਤੇ ਆਪਣੇ ਸਕੂਲ ਦੇ ਸੈਂਟਰ ਮੁੱਖ ਅਧਿਆਪਕ ਸਰਦਾਰ ਗੁਰਬੀਰ ਸਿੰਘ ਜੀ ਵੱਲੋਂ ਜੋ ਤੁਹਾਡਾ ਖਾਸ ਤੌਰ 'ਤੇ ਧੰਨਵਾਦ ਕਰਨਾ ਚਾਹੁੰਦੇ ਹਾਂ। ਔਰ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਸੁਭਾਸ਼ ਗੋਰੀਆ ਜੀ ਦਾ, ਜਿਨ੍ਹਾਂ ਨੇ
ਬੱਚਿਆਂ ਵਾਸਤੇ ਇੰਨਾ ਕੁਛ ਕਰਨ ਦੇ ਲਈ ਆਪਣੇ ਵੱਲੋਂ ਕਿਹਾ ਹੈ ਔਰ ਬੱਚਿਓ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਿਲਾ ਲੇਕਿਨ ਜਦੋਂ ਵੀ ਕੋਈ ਸਮਾਜ ਨੂੰ ਨਵੀਂ ਦਿਸ਼ਾ ਦੇ ਵਿੱਚ ਲਿਆਉਣ ਲਈ ਕੁਝ ਕਦਮ ਚੁੱਕੇ ਜਾਂਦੇ ਨੇ ਤਾਂ ਉਹ ਵਾਕਈ ਹੀ ਬੜੇ ਸ਼ਲਾਘਾਯੋਗ ਹੁੰਦੇ ਨੇ ਔਰ ਸਰ ਜਿਹੜੇ ਵੀ ਤੁਸੀਂ ਆਏ ਸਾਰੇ ਆਲ ਰਿਸਪੈਕਟਡ ਜਿਹੜੇ ਨੇ ਉਹ ਸਾਡੇ ਸਕੂਲ ਲਈ ਇੰਨਾ ਕੁਛ ਕੀਤਾ ਹੈ ਔਰ ਕਰਨ ਦੀ ਸੋਚੀ ਹੈ ਔਰ ਤੁਹਾਡੀ ਸਮਾਜ ਅੱਜ ਪਿੰਡ ਤਲਣ ਵਿਖੇ ਪ੍ਰਾਇਮਰੀ ਸਕੂਲ ਵਿਖੇ ਇੱਕ ਹੋਲੀ ਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਇੱਕ ਦੂਜੇ ਨੂੰ ਹੋਲੀ ਲਗਾ ਕੇ ਹੋਲੀ ਦਾ ਆਨੰਦ ਮਾਣਿਆ। ਇਹ ਕਾਰਜਕ੍ਰਮ ਸਮਾਜ ਸੇਵੀ ਸੋਨੀਆ ਸਿੰਘ ਵੱਲੋਂ ਕਰਵਾਇਆ ਗਿਆ। ਇਸ ਮੌਕੇ ਕਈ ਸਮਾਜ ਸੇਵੀ ਸ਼ਖਸੀਅਤਾਂ ਨੇ ਇੱਥੇ ਭਾਗ ਲਿਆ। ਮੈਂ ਅੱਜ ਇਸ ਪ੍ਰੋਗਰਾਮ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਐਲਾਨ ਕਰਦਾ ਹਾਂ ਕਿ 184 ਬੱਚਿਆਂ ਨੂੰ ਅਸੀਂ ਸਕੂਲ ਬੈਗ ਭੇਟ ਕਰਾਂਗੇ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਹੂਲਤਾਂ ਇਸ ਸਕੂਲ ਨੂੰ ਅਸੀਂ ਆਪਣੀ ਪਾਲਟੀ ਵੱਲੋਂ ਦੇਵਾਂਗੇ ਤਾਂ ਕਿ ਮੇਰੇ ਦੇਸ਼ ਦੀ ਜੋ ਨੌਜਵਾਨ ਪੀੜ੍ਹੀ ਹੈ, ਬਚਪਨ ਹੈ, ਉਹ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀਆਂ ਦੀਆਂ ਰਾਹਾਂ ਵੱਲ ਅੱਗੇ ਵੱਧ ਸਕੇ। ਮਹਿੰਗਾਈ ਇੰਨੀ ਵੱਧ ਚੁੱਕੀ ਹੈ ਕਿ ਗਰੀਬ ਆਦਮੀ ਆਪਣੇ ਸਕੂਲ ਵਿੱਚ ਆਪਣੇ ਬੱਚਿਆਂ ਦੀ ਐਜੂਕੇਸ਼ਨ ਨਹੀਂ ਕਰਵਾ ਸਕਦਾ। ਸਰਕਾਰ ਵੱਲੋਂ ਖੋਲ੍ਹੇ ਗਏ ਸਰਕਾਰੀ ਸਕੂਲਾਂ ਵਿੱਚ ਪੂਰੀ ਤਰ੍ਹਾਂ ਸੁਵਿਧਾ ਨਾ ਹੋਣ ਕਾਰਨ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਸਕੂਲ ਸਟਾਫ ਨੂੰ ਮਿਲ ਕੇ ਬੱਚਿਆਂ ਨੂੰ ਆ ਰਹੀਆਂ ਸਮੱਸਿਆ ਦਾ ਵੀ ਸਾਵਧਾਨ ਕਰਾਂਗੇ। ਬਸ ਇੰਨਾ ਕਹਿੰਦਾ ਹੋਇਆ ਜੈ ਭਾਰਤ ਜੈ ਪੀ। ਅੱਜ ਭੈਣ ਜੀ ਪਰਮਿੰਦਰ ਸੋਨੀਆ ਜਨਹਿਤ ਕਲੱਬ ਤਲਣ ਦੇ ਵੱਲੋਂ ਨਾਲ ਉਹਨਾਂ ਦੇ ਪੱਤਰਕਾਰ ਐਸੋਸੀਏਸ਼ਨ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਪਿਲ ਭਾਰਦਵਾਜ ਦੇ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਬੱਚਿਆਂ ਦੇ ਨਾਲ ਹੋਲੀ ਮਨਾਉਣ ਦਾ, ਹੋਲੀ ਤਾਂ ਸਾਰੇ ਮਨਾਉਂਦੇ ਨੇ ਪਰ ਇਹਨਾਂ ਨੇ ਬੈਸਟ ਇਹ ਕੀਤਾ ਕਿ ਛੋਟੇ ਛੋਟੇ ਬੱਚਿਆਂ ਦੇ ਨਾਲ ਹੋਲੀ ਮਨਾਈ ਜਾਵੇ, ਨਾਲੇ ਉਹਨਾਂ ਨੂੰ ਹੋਲੀ ਦੇ ਬਾਰੇ ਵਿੱਚ ਸੰਦੇਸ਼ ਦਿੱਤਾ ਜਾਵੇ ਕਿ ਹੋਲੀ ਵਾਸਤਵਿਕਤਾ ਵਿੱਚ ਉਹਦਾ ਰੀਜ਼ਨ ਕੀ ਆ ਮਨਾਉਣ ਦਾ, ਜਿਹੜਾ ਅੱਜ ਹੋਲੀ ਦਾ ਵਿਕ੍ਰਿਤ ਰੂਪ ਸਮਾਜ ਦੇ ਸਾਹਮਣੇ ਆ ਉਹਦੇ ਵਿੱਚੋਂ ਉਹਨੂੰ ਹਟਾ ਕੇ ਜਿਹੜਾ ਬੱਦਲਾਂ ਦਾ ਪਰਦਾ ਹਟਾ ਕੇ ਉਹਦਾ ਅਧਿਆਤਮਿਕ ਅਰਥ ਦੱਸਿਆ ਜਾਵੇ। ਔਰ ਨਾਲ ਹੀ ਜਿਹੜੇ ਸੁਭਾਸ਼ ਭਾਜੀ ਹੋਰਾਂ ਨੇ ਸ਼ਿਵ ਸੈਨਾ ਬਾਲ ਠਾਕਰੇ ਦੇ ਵੱਲੋਂ ਜਿਹੜਾ 184 ਬੱਚਿਆਂ ਦੇ ਬੈਗ ਦੇਣ ਦਾ ਉਪਰਾਲਾ ਕੀਤਾ ਉਹ ਵੀ ਸੋਨੇ ਦੇ ਸੁਹਾਗ ਹੈ। ਹੋਲੀ ਦੇ ਇਸ ਦਿਵਸ 'ਤੇ ਮੈਂ ਯੁਵਾ ਪਰਿਵਾਰ ਸੇਵਾ ਸਮਿਤੀ ਦੇ ਵੱਲੋਂ, ਆਪਣੇ ਸਾਥੀ ਬਲਵਿੰਦਰ ਚਾਲ ਪੰਚ ਵੱਲੋਂ, ਮੇਰੇ ਮੈਂਬਰ ਪੰਚਾਇਤ ਸਰਦਾਰ ਅਜੈਬ ਸਿੰਘ ਸ਼ੌਂਕੀ, ਬਾਲੂ ਭੈਣ ਜੀ ਵੱਲੋਂ, ਮਦਨ ਮੋਹਨ ਜੀ ਵੱਲੋਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਵੀ ਕਰਦਾ ਨਾਲ ਹੋਲੀ ਦੇ ਮੌਕੇ। ਮੈਂ ਪਰਮਿੰਦਰ ਕੌਰ ਸੋਨੀਆ ਜਨਹਿਤ ਕਲੱਬ ਵੱਲੋਂ ਸਭ ਤੋਂ ਪਹਿਲੇ ਤਾਂ ਸਭ ਨੂੰ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ। ਨਾਲ ਹੀ ਮੇਰੇ ਇੱਥੇ ਜਿੰਨੇ ਵੀ ਮਹਿਮਾਨ ਆਏ ਹਨ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸੁਭਾਸ਼ ਗੋਰੀਆ ਜੀ ਦਾ ਮੈਂ ਧੰਨਵਾਦ ਕਰਦੀ ਹਾਂ, ਸ਼੍ਰੀ ਵਾਸਤਵ ਜੀ ਦਾ ਧੰਨਵਾਦ ਕਰਦੀ ਹਾਂ, ਨਾਲ ਹੀ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਦੀ ਹੋਈ ਕਪਿਲ ਭਾਰਦਵਾਜ ਜੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਕਰਨ ਦੀ ਮੈਨੂੰ ਹਿੰਮਤ ਦਿੱਤੀ ਕਿ ਸਭ ਤੋਂ ਪਹਿਲੇ ਆਪਾਂ ਨੂੰ ਆਪਣੇ ਪਿੰਡ 'ਚ ਕੰਮ ਕਰਨਾ ਚਾਹੀਦਾ ਹੈ। ਸੋ ਇਸ ਕਰਕੇ ਇਹ ਮੇਰਾ ਸੈਕਿੰਡ ਫੰਕਸ਼ਨ ਹੈਗਾ ਜਿਹੜਾ ਮੈਂ ਅੱਜ ਆਪਣੇ ਪਿੰਡ 'ਚ ਕੀਤਾ ਹੈਗਾ ਅਤੇ ਇਹ ਇਹਨਾਂ ਦੀ ਬਦੌਲਤ ਹੋਇਆ ਹੈਗਾ ਹੈ, ਨਹੀਂ ਤਾਂ ਮੈਂ ਇਕੱਲੀ ਕੁਛ ਨਹੀਂ ਕਰ ਸਕਦੀ ਸੀ। ਮੇਰੇ ਪਿੰਡ ਦੇ ਸਰਪੰਚ ਪੰਚ ਮਹਿਮਾਨ ਇੱਥੇ ਪਹੁੰਚੇ ਹਨ, ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਨਾਲ ਹੀ ਮੈਂ ਰਾਜਾ ਭਾਜੀ ਦਾ ਧੰਨਵਾਦ ਕਰਦੀ ਹਾਂ ਜਿਹੜੇ ਆਪਣੀ
ਇੰਨੀ ਦੂਰ ਲੈ ਕੇ ਇੱਥੇ ਪਹੁੰਚੇ ਹਾਂ।